ਦੇਖੋ ਜਾਖੜ ਦੀ ਨਾਰਾਜ਼ਗੀ ਤਾਂ ਹੈਗੀ ਹੈ, ਨਾ ਜਾਖੜ ਪਾਰਟੀ ਪਲੇਟਫਾਰਮ 'ਤੇ ਆ ਕੇ ਕੋਈ ਵਿਰੋਧੀਆਂ ਦੇ ਖਿਲਾਫ ਬਿਆਨ ਦੇ ਰਹੇ ਆ, ਨਾ ਉਹ ਭਗਵੰਤ ਮਾਨ ਹੋਰਾਂ ਦੇ ਖਿਲਾਫ ਬਿਆਨ ਦੇ ਰਹੇ ਆ। ਇੱਕ ਪਾਸੇ ਚਰਚਾ ਉਦੋਂ ਚੱਲੀ ਸੀ ਜਦੋਂ ਕਾਂਗਰਸ ਦੀ ਪ੍ਰਧਾਨਗੀ ਨੂੰ ਲੈ ਕੇ ਮਸਲਾ ਬਣਿਆ ਸੀ ਪੰਜਾਬ ਦੇ ਵਿੱਚ ਕਿ ਅਗਲਾ ਪ੍ਰਧਾਨ ਕੌਣ ਹੋਵੇਗਾ। ਉਦੋਂ ਸੁਨੀਲ ਜਾਖੜ ਦਾ ਨਾਮ ਅਚਾਨਕ ਵਿੱਚ ਆ ਗਿਆ ਸੀਗਾ। ਇਹ ਅਸਤੀਫੇ ਦੀ ਖਬਰ ਉਸ ਵੇਲੇ ਆਈ ਹੈ ਜਦੋਂ ਆਮ ਆਦਮੀ ਪਾਰਟੀ 'ਚ ਚਰਚਾ ਚੱਲਦੀ ਪਈ ਕਿ ਇੱਕ ਹਿੰਦੂ ਡਿਪਟੀ ਸੀਐਮ ਵੀ ਚਾਹੀਦਾ। ਕੀ ਐਂ ਹੋ ਸਕਦਾ ਕਿ ਸੁਨੀਲ ਜਾਖੜ ਨੂੰ ਡਿਪਟੀ ਸੀਐਮ ਦੀ ਕੁਰਸੀ ਵੀ ਪਸੰਦ ਆ ਗਈ? ਹੁਣ ਤਾਂ ਪੰਜਾਬ ਦੀ ਰਾਜਨੀਤੀ ਬਾਰੇ ਐਡਾ ਭੰਬਲ ਭੂਸਾ, ਸਵੇਰੇ ਉੱਠੋ ਤੇ ਮੈਸੇਜ ਹੀ ਆਉਂਦਾ ਵਟਸਐਪ ਤੇ ਇਹ ਪਾਰਟੀ ਛੱਡ ਗਈ। ਸੁਨੀਲ ਜਾਖੜ ਹੋ ਸਕਦਾ ਪੰਜਾਬ ਦੇ ਮੁੱਖ ਮੰਤਰੀ ਬਣ ਜਾਣ ਆਮ ਆਦਮੀ ਪਾਰਟੀ ਤੋਂ। ਮੌਜੂਦਾ ਹਾਲਾਤ ਬਣੇ ਹੋਏ ਨੇ ਉਹਦੇ 'ਚ ਤਾਂ ਜੱਗ ਜ਼ਾਹਰ ਹੈ ਕਿ ਜਾਖੜ ਜਿਹੜਾ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਤੋਂ ਖੁਸ਼ ਨਹੀਂ ਹੈਗੇ। ਪਬਲਿਕ ਨੂੰ ਉਦੋਂ ਦਿੱਤੇ ਜਾਂਦੇ ਆ ਜਦੋਂ ਕਿਤੇ ਪਾਰਟੀ ਹਾਈਕਮਾਨ ਦੀ ਚੰਗੀ ਤਰ੍ਹਾਂ ਮੰਜੀ ਠੋਕਣੀ ਹੋਵੇ ਅਤੇ ਜਾਂ ਪੂਰਾ ਵਿਦਰੋਹ ਕਰਕੇ ਜਾਣਾ ਹੋਵੇ ਕਿ ਉਹਨਾਂ ਦੇ ਕੱਢਣ ਤੋਂ ਪਹਿਲਾਂ ਮੈਂ ਚੱਲਾਂ ਫੜੋ ਜੀ। ਲੇਕਿਨ ਇਹ ਸੁਨੀਲ ਜਾਖੜ ਹੋਰਾਂ ਦਾ ਥੋੜ੍ਹਾ ਕਿੱਸਾ ਅਲੱਗ ਹੈ। ਉਹ ਵੈਸਟ ਦੀ ਜਿਮਣੀ ਚੋਣ ਦੇ ਵਿੱਚ ਸੁਨੀਲ ਜਾਖੜ ਇੱਕ ਭਲਵਾਨੀ ਗੇੜਾ ਮਾਰਨ ਹੀ ਆਏ ਆ। ਜਿਮਣੀ ਚੋਣ ਦੇ ਵਿੱਚ ਬੀਜੇਪੀ ਦੇ ਕਈ ਲੀਡਰਾਂ ਨੇ ਵਿਸ਼ਵਾਸਘਾਤ ਕੀਤਾ ਅਤੇ ਸ਼ੀਤਲ ਅੰਗਰਾਲ ਦੀ ਹਾਰ ਹੋਈ ਹੈ ਔਰ ਉਹ ਦਿਖਦਾ ਵੀ ਪਿਆ ਵੀ ਸਾਹਮਣੇ ਵਿਸ਼ਵਾਸਘਾਤ ਕਰਨ ਵਾਲੇ ਸੀਗੇ ਅਤੇ ਜਾਖੜ ਨੇ ਉਹਦੇ ਉੱਤੇ ਵੀ ਮੂੰਹ ਨਹੀਂ ਖੋਲਿਆ। ਜਿਹੜੇ ਬੀਜੇਪੀ ਦੇ ਲੀਡਰਾਂ ਨੇ ਰਾਮ ਮੰਦਰ ਦੇ ਨਾਂ 'ਤੇ ਵੋਟ ਮੰਗਿਆ, ਦੂਜਾ ਜਿਹੜਾ ਕਾਰਨ ਇਹ ਸੀਗਾ ਕਿ ਇਕੱਲੇ ਲੜੇ ਸੀ। ਸੋ ਜਾਖੜ ਹੁਣ ਉਹਦਾ ਕ੍ਰੈਡਿਟ ਭਾਲਦੇ ਸੀ, ਲੇਕਿਨ ਕ੍ਰੈਡਿਟ ਉਹਨਾਂ ਨੇ ਸਿੱਧਾ ਰਵਨੀਤ ਸਿੰਘ ਬਿੱਟੂ ਨੂੰ ਦੇ ਦਿੱਤਾ। ਸੁਨੀਲ ਜਾਖੜ ਨੂੰ ਲੈ ਕੇ ਵੱਖਰੀ ਚਰਚਾ ਛਿੜੀ ਹੋਈ ਹੈ ਔਰ ਉਸ ਚਰਚਾ ਦੇ ਵਿੱਚ ਇੱਥੋਂ ਤੱਕ ਗੱਲ ਆ ਗਈ ਹੈ ਕਿ ਸੁਨੀਲ ਜਾਖੜ ਨੇ ਇੱਕ ਅਸਤੀਫਾ ਭੇਜ ਦਿੱਤਾ, ਰੈਜ਼ਿਗਨੇਸ਼ਨ ਭੇਜ ਦਿੱਤਾ। ਚਰਚਾ ਤਾਂ ਕਹਿ ਰਹੇ ਹਾਂ ਕਿਉਂਕਿ ਅਜੇ ਤੱਕ ਸੁਨੀਲ ਜਾਖੜ ਨੇ ਤਾਂ ਫੋਨ ਨਹੀਂ ਚੱਕਿਆ ਕਿਸੇ ਦਾ, ਉਹਨਾਂ ਦੇ ਜਿਹੜੇ ਅਸਿਸਟੈਂਟ ਨੇ ਇੱਕ ਨਿਊਜ਼ ਆਰਟੀਕਲ ਦੇ ਮੁਤਾਬਕ ਉਹ ਇਸ ਗੱਲ ਦਾ ਦਾਅਵਾ ਨਹੀਂ ਕਰ ਰਹੇ। ਉਹ ਕਹਿੰਦੇ ਕਿ ਇਹ ਖਬਰ ਝੂਠੀ ਹੋ ਸਕਦੀ ਹੈ, ਇੱਦਾਂ ਨਹੀਂ ਹੋ, ਇੱਦਾਂ ਕੁਝ ਨਹੀਂ ਹੈਗਾ। ਖੈਰ ਸੱਚਾਈ ਕਿੰਨੀ ਹੈ, ਸੱਚਾਈ ਕਿੰਨੀ ਨਹੀਂ ਹੈ ਉਹ ਅਸਲ ਦੇ ਵਿੱਚ ਤਾਂ ਸੁਨੀਲ ਜਾਖੜ ਜਾਣਦੇ ਨੇ ਜਾਂ ਅੱਜ ਜਿਹਨਾਂ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਆ ਸਾਨੂੰ ਉਹ ਦੱਸ ਸਕਦੇ, ਕੁਝ ਇਸ਼ਾਰਾ ਕਰ ਸਕਦੇ। ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ, ਉਹਨਾਂ ਤੋਂ ਪੁੱਛਦੇ ਹਾਂ ਕਿ ਅਸਲ ਸੱਚਾਈ ਕੀ ਹੈ, ਹਾਲਾਤ ਕੀ ਨੇ ਔਰ ਸੁਨੀਲ ਜਾਖੜ ਦਾ ਵੱਡਾ ਫੈਸਲਾ ਕੀ। ਡਾਕਟਰ ਸਾਹਿਬ ਸਮਾਂ ਦਿੱਤਾ, ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਉਹੀ ਸਵਾਲ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿਉਂਕਿ ਅਜੇ ਤੱਕ ਵੀ ਇਹ ਗੱਲ ਉਸੇ ਤਰ੍ਹਾਂ ਸਵਾਲ ਬਣੀ ਹੋਈ ਹੈ। ਸੁਨੀਲ ਜਾਖੜ ਕਹਿੰਦੇ ਫੋਨ ਨਹੀਂ ਚੱਕ ਰਹੇ, ਕਿਸੇ ਦਾ ਅਸਿਸਟੈਂਟ ਕਹਿ ਰਹੇ ਗੱਲ ਝੂਠੀ ਹੈ, ਅਸਲ ਕੀ ਹੈ, ਕੀ ਸੁਨੀਲ ਜਾਖੜ ਨੇ ਰਿਜ਼ਾਈਨ ਦੇ ਦਿੱਤਾ? ਦੇਖੋ ਪਤਾ ਕੀ ਆ, ਰਿਜ਼ਾਈਨ ਜਿਹੜੇ ਹੈਗੇ ਆ ਨਾ ਤਾਂ ਉਹ ਪਬਲਿਕ ਨੂੰ ਦਿੱਤੇ ਜਾਂਦੇ ਹੁੰਦੇ ਆ। ਹਾਂ, ਪਬਲਿਕ ਨੂੰ ਉਦੋਂ ਦਿੱਤੇ ਜਾਂਦੇ ਆ ਜਦੋਂ ਕਿਤੇ ਪਾਰਟੀ ਹਾਈਕਮਾਨ ਦੀ ਚੰਗੀ ਤਰ੍ਹਾਂ ਮੰਜੀ ਠੋਕਣੀ ਹੋਵੇ ਅਤੇ ਜਾਂ ਪੂਰਾ ਵਿਦਰੋਹ ਕਰਕੇ ਜਾਣਾ ਹੋਵੇ ਕਿ ਉਹਨਾਂ ਦੇ ਕੱਢਣ ਤੋਂ ਪਹਿਲਾਂ ਮੈਂ ਚੱਲਾਂ ਫੜੋ ਜੀ। ਲੇਕਿਨ ਇਹ ਸੁਨੀਲ ਜਾਖੜ ਹੋਰਾਂ ਦਾ ਥੋੜ੍ਹਾ ਕਿੱਸਾ ਅਲੱਗ ਹੈ। ਜੋ ਗੱਲਾਂ ਨਿਕਲ ਕੇ ਆ ਰਹੀਆਂ ਵੈਂ, ਜੋ ਨਿਊਜ਼ ਦੇ ਵਿੱਚ ਸਾਹਮਣੇ ਆ ਰਿਹਾ ਵੈ, ਵੀ ਜਾਖੜ ਹੋਰਾਂ ਨੇ ਅਸਤੀਫਾ ਹਾਈਕਮਾਨ ਨੂੰ ਦਿੱਤਾ ਵੈ ਕਿਉਂਕਿ ਉਹ ਇੰਟਰਨਲ ਪਾਰਟੀ ਦਾ ਮੈਟਰ ਹੈਗਾ। ਅਤੇ ਹੁਣ ਅਸਤੀਫਾ ਦਿੱਤਾ ਦੋ ਬੰਦਿਆਂ ਦੇ ਵਿੱਚ ਦਿੱਤਾ ਜਾਂ ਨਹੀਂ ਦਿੱਤਾ, ਇਹ ਤਾਂ ਉਹਨਾਂ ਦੀਆਂ ਆਪਣੀਆਂ ਗੱਲਾਂ ਹੈਗੀਆਂ ਆਪਸੀ। ਲੇਕਿਨ ਜਿਹੜੇ ਮੌਜੂਦਾ ਪਰਿਸਥਿਤੀਆਂ ਬਣੀਆਂ ਹੋਈਆਂ, ਜੋ ਮੌਜੂਦਾ ਹਾਲਾਤ ਬਣੇ ਹੋਏ ਨੇ ਉਹਦੇ 'ਚ ਤਾਂ ਜੱਗ ਜ਼ਾਹਰ ਹੈ ਕਿ ਜਾਖੜ ਜਿਹੜਾ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਤੋਂ ਖੁਸ਼ ਨਹੀਂ ਹੈਗੇ। ਉਹਦੇ ਕਈ ਕਾਰਨ ਵੀ ਹੈ। ਜੇ ਆਪਾਂ ਦੇਖੋ ਬੇਸ ਹੀ ਉਹਦਾ ਦਿਖਦਾ ਪਿਆ ਜਾਖੜ ਦੀ ਨਾਰਾਜ਼ਗੀ, ਤਾਂ ਜਾਖੜ ਜਿਹੜੇ ਨੇ 10 ਜੁਲਾਈ ਤੋਂ ਬਾਅਦ ਉਹਨਾਂ ਨੇ ਆਫਿਸ਼ਲੀ ਮੀਟਿੰਗ ਬੀਜੇਪੀ ਦੀ ਅਟੈਂਡ ਨਹੀਂ ਕੀਤੀ ਕੋਈ।
ਹੁਣ ਕੱਲ੍ਹ ਪੰਚਾਇਤੀ ਚੋਣਾਂ ਵਾਸਤੇ ਬੀਜੇਪੀ ਦੀ ਮੀਟਿੰਗ ਸੀ ਔਰ ਬਹੁਤ ਅਹਿਮ ਮੀਟਿੰਗ ਸੀਗੀ ਜਿਹਦੇ 'ਚ ਮਤਲਬ ਜੇ ਆਪਾਂ ਸੋਚੀਏ ਕਿ ਜਾਖੜ ਦਾ ਹੋਣਾ ਬਹੁਤ ਜ਼ਰੂਰੀ ਸੀਗਾ ਲੇਕਿਨ ਉਹ ਮੀਟਿੰਗ ਉਹਨਾਂ ਨੇ ਜਿਹੜੀ ਹੈ ਸਕਿੱਪ ਕੀਤੀ ਉਹ ਮੀਟਿੰਗ 'ਚ ਗਏ ਨਹੀਂ ਉਹਨਾਂ ਨੂੰ ਪਾਰਟੀ ਦੇ ਉੱਥੋਂ ਆਫਿਸ 'ਚੋਂ ਕਿਸੇ ਅਹੁਦੇਦਾਰ ਨੇ ਫੋਨ ਵੀ ਕੀਤਾ ਜਾਖੜ ਸਾਹਿਬ ਤੁਸੀਂ ਆ ਜਾਓ ਕਹਿੰਦੇ ਮੈਂ ਨਹੀਂ ਆਉਣਾ ਅਤੇ ਮੈਂ ਅਗਲੀਆਂ ਮੀਟਿੰਗਾਂ 'ਚ ਵੀ ਨਹੀਂ ਆਉਣਾ ਜੋ ਇਹ ਖਬਰਾਂ ਦੇ ਆਰਟੀਕਲ ਚੱਲ ਰਹੇ ਆ ਇਹਨਾਂ ਦੇ ਵਿੱਚ ਜਿਹੜਾ ਵਾ ਦੇਖੋ ਜਾਖੜ ਦੀ ਨਾਰਾਜ਼ਗੀ ਤਾਂ ਹੈਗੀ ਹੈ ਨਾ ਜਾਖੜ ਪਾਰਟੀ ਪਲੇਟਫਾਰਮ 'ਤੇ ਆ ਕੇ ਕੋਈ ਵਿਰੋਧੀਆਂ ਦੇ ਖਿਲਾਫ਼ ਬਿਆਨ ਦੇ ਰਹੇ ਆ ਨਾ ਉਹ ਭਗਵੰਤ ਮਾਨ ਹੋਰਾਂ ਦੇ ਖਿਲਾਫ਼ ਬਿਆਨ ਦੇ ਰਹੇ ਆ ਤੁਸੀਂ ਇਹ ਵੀ ਦੇਖਿਆ ਹੋਣਾ ਤੁਹਾਡੇ ਸਾਹਮਣੇ ਹੈ ਬਈ ਜਿਹੜੀ ਜਿਮਣੀ ਚੋਣ ਹੋਈ ਜਲੰਧਰ ਦੀ ਵੈਸਟ ਦੀ ਅਤੇ ਉਹ ਵੈਸਟ ਦੀ ਜਿਮਣੀ ਚੋਣ ਦੇ ਵਿੱਚ ਸੁਨੀਲ ਜਾਖੜ ਇੱਕ ਭਲਵਾਨੀ ਗੇੜਾ ਮਾਰਨ ਹੀ ਆਏ ਆ ਨਾ ਉਹਨਾਂ ਨੇ ਇੱਥੇ ਆ ਕੇ ਇੱਟ ਨਾ ਇੱਟ ਖੜਕਾਈ ਨਾ ਇੱਥੇ ਕੋਈ ਉਹਨਾਂ ਨੇ ਜਿਹੜੇ ਤਰਕ ਵਾਲੇ ਸੀਗੇ ਜਿੱਦਾਂ ਦੇ ਜਾਖੜ ਸਮਝੇ ਜਾਂਦੇ ਜਿੱਦਾਂ ਦੀ ਉਹਨਾਂ ਦੀ ਪਰਸਨੈਲਿਟੀ ਆ ਜਿੱਦਾਂ ਦੀ ਉਹ ਗੱਲ ਕਰਦੇ ਨੇ ਜਿੱਦਾਂ ਦੀ ਉਹ ਜਿਹੜੀ ਦੂਜੀਆਂ ਵਿਰੋਧੀਆਂ ਨੂੰ ਜਵਾਬ ਦਿੰਦੇ ਨੇ ਉਹਦੇ 'ਚੋਂ ਦਮਖਮ ਨਹੀਂ ਸੀਗਾ ਈਵਨ ਇੱਥੋਂ ਤੱਕ ਵੀ ਛੱਡ ਦਈਏ ਨਾ ਜਿਮਣੀ ਚੋਣ ਦੇ ਵਿੱਚ ਬੀਜੇਪੀ ਦੇ ਕਈ ਲੀਡਰਾਂ ਨੇ ਵਿਸ਼ਵਾਸਘਾਤ ਕੀਤਾ ਅਤੇ ਸ਼ੀਤਲ ਅੰਗਰਾਲ ਦੀ ਹਾਰ ਹੋਈ ਆ ਔਰ ਉਹ ਦਿਖਦਾ ਵੀ ਪਿਆ ਵੀ ਸਾਹਮਣੇ ਵਿਸ਼ਵਾਸਘਾਤ ਕਰਨ ਵਾਲੇ ਸੀਗੇ ਅਤੇ ਜਾਖੜ ਨੇ ਉਹਦੇ ਉੱਤੇ ਵੀ ਮੂੰਹ ਨਹੀਂ ਖੋਲ੍ਹਿਆ ਸੋ ਇਹ ਸਾਫ਼ ਸੀਗਾ ਵੀ ਜਾਖੜ ਸੁਨੀਲ ਜਾਖੜ ਕਿਤੇ ਨਾ ਕਿਤੇ ਪਾਰਟੀ ਦੀ ਲੀਡਰਸ਼ਿਪ ਤੋਂ ਨਾਰਾਜ਼ ਹੈ ਉਹ ਨਾਰਾਜ਼ਗੀਆਂ ਜਿਹੜੀਆਂ ਮੈਂ ਉਹਦੇ ਕਈ ਕਾਰਨ ਹੋ ਸਕਦੇ ਇੱਕ ਤਾਂ ਦੇਖੋ ਸਭ ਤੋਂ ਵੱਡੀ ਨਾਰਾਜ਼ਗੀ ਹੈ ਕਿ ਸੁਨੀਲ ਜਾਖੜ ਇੱਕ ਕਾਂਗਰਸ ਦੇ ਵਿੱਚ ਪਾਰਟੀ ਦੇ ਪ੍ਰਧਾਨ ਸੀਗੇ ਲੋਕ ਸਭਾ ਦੇ ਮੈਂਬਰ ਵੀ ਰਹੇ ਨੇ ਪੰਜਾਬ ਦੇ ਮੰਤਰੀ ਵੀ ਰਹੇ ਨੇ ਔਰ ਕਾਂਗਰਸ ਨੇ ਚੰਗਾ ਮਾਨ ਸਨਮਾਨ ਦਿੱਤਾ ਸੀ ਲੇਕਿਨ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਨੂੰ ਜਦੋਂ ਰਿਪਲੇਸ ਕੀਤਾ ਬਾਅਦ 'ਚ ਇਹ ਮੁੱਖ ਮੰਤਰੀ ਦੀ ਦੌੜ 'ਚ ਸ਼ਾਮਿਲ ਹੋਏ ਅੰਬਿਕਾ ਸੋਨੀ ਨੇ ਇਹਨਾਂ ਨੂੰ ਮੁੱਖ ਮੰਤਰੀ ਬਣਾਉਣ ਦੀ ਬਜਾਏ ਚਰਨਜੀਤ ਚੰਨੀ ਦੀ ਹਮਾਇਤ ਕਰ ਦਿੱਤੀ ਅਤੇ ਸੁਨੀਲ ਜਾਖੜ ਨੂੰ ਕਿਤੇ ਕਿਤੇ ਲੱਗਾ ਕਿ ਪਾਰਟੀ ਹਾਈਕਮਾਨ ਨੂੰ ਮੈਨੂੰ ਮੁੱਖ ਮੰਤਰੀ ਦੇ ਤੌਰ 'ਤੇ ਬਣਾਉਣਾ ਚਾਹੀਦਾ ਸੀ ਮੇਰੇ ਨਾਲ ਜ਼ਿਆਦਾ MLA ਸੀ ਉਹ ਹਾਈਕਮਾਨ ਤੋਂ ਨਾਰਾਜ਼ ਹੋਏ ਅਤੇ ਉਹਨਾਂ ਨੇ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਲੇਕਿਨ ਇੱਥੇ ਆ ਕੇ ਵੀ ਤਾਂ ਉਹਨਾਂ ਨੂੰ ਮਹੱਤਵਕਾਂਸ਼ਾ ਹੁੰਦੀ ਨਾ ਬੰਦੇ ਦੇ ਅੰਦਰ ਇੱਕ ਜੇ ਕਾਂਗਰਸ ਨੂੰ CM ਨੇ ਤੈਨੂੰ ਕਾਂਗਰਸ ਨੇ ਨਹੀਂ ਬਣਾਇਆ ਫਿਰ ਆਪਾਂ ਕਾਂਗਰਸ ਛੱਡੀ BJP 'ਚ ਆ ਕੇ ਵੀ ਤਾਂ ਕੋਈ ਨਾ ਕੋਈ ਅੰਦਰ ਖੁਆਇਸ਼ਾਂ ਹੁੰਦੀਆਂ ਨਾ ਕਿ ਮੈਂ ਯਾਰ ਪਾਰਟੀ ਲਈ ਮਿਹਨਤ ਕੀਤੀ ਦੇਖੋ ਨੋ ਡਾਊਟ ਪਾਰਟੀ 8.5% ਤੋਂ ਲੋਕ ਸਭਾ ਦੇ ਵਿੱਚ 18% ਕਰੋਸ ਕਰ ਗਈ ਇਹਦਾ ਕਾਰਨ ਕਈ ਹੋਰ ਵੀ ਹੈਗੇ ਨੇ ਕਿ ਜਾਖੜ ਦੀ ਲੀਡਰਸ਼ਿਪ ਦੇ ਵਿੱਚ ਜਿਹੜੀ ਆ ਉਹ 10% ਵੋਟ ਦਾ ਇਜਾਫਾ ਹੋਇਆ ਉਹਦੇ ਕਾਰਨ ਜਿਹੜੇ ਆ ਇੱਕ ਤਾਂ ਰਾਮ ਮੰਦਰ ਵੀ ਕਾਰਨ ਰਿਹਾ ਸੀ ਰਾਮ ਮੰਦਰ ਜੀ ਦਾ ਹੋਇਆ ਕਈ ਜਿਹੜੀਆਂ ਸ਼ਹਿਰੀ ਵਰਗ ਦੇ ਵਿੱਚ ਕਈ ਹਿੰਦੂਆਂ ਨੇ ਕਿ ਆਪਣਾ ਵੋਟ ਜਿਹੜੀ ਆ ਸਮਰਪਿਤ ਕੀਤੀ ਔਰ ਇਹ ਬਾਕਾਇਦਾ ਨਾਰੇ ਵੀ ਲੱਗੇ ਸਲੋਗਨ ਵੀ ਲਿਖੇ ਗਏ ਕਿ ਐਤਕੀ ਵੋਟ ਸ਼੍ਰੀ ਰਾਮ ਮੰਦਰ ਜੀ ਦੇ ਚਰਨਾਂ 'ਚ ਸਮਰਪਿਤ ਹੈ ਔਰ BJP ਨੇ ਇਹਦਾ ਪ੍ਰਚਾਰ ਵੀ ਕੀਤਾ ਇੱਕ ਤਾਂ ਇਹ ਕਾਰਨ ਰਿਹਾ ਦੂਜਾ ਕਾਰਨ ਇਹ ਵੀ ਰਿਹਾ ਕਿ ਇਸ ਵਾਰ BJP ਇਕੱਲੀ ਲੜੀ ਆ ਔਰ ਇਕੱਲੀ ਜਿੱਥੇ ਅੱਗੇ ਤੁਸੀਂ 3 ਸੀਟਾਂ 'ਤੇ ਲੜਨਾ ਐਤਕੀ 13 ਸੀਟਾਂ 'ਤੇ ਲੜਨਾ ਫਿਰ ਨੈਚੁਰਲੀ ਤੁਹਾਡਾ ਵੋਟ ਤਾਂ ਵਧੇਗਾ ਨਾ 10 ਸੀਟਾਂ ਦਾ ਵੋਟ ਦਾ ਇਜਾਫਾ ਵੀ ਤਾਂ ਹੋਏਗਾ ਸੋ 18% ਤੱਕ ਆ ਗਏ ਔਰ ਹੁਣ ਲੱਗਦਾ ਸੀ ਜਾਖੜ ਨੂੰ ਕਿ ਮੈਂ 8 ਤੋਂ 18  'ਤੇ ਲੈ ਕੇ ਆਇਆ ਠੀਕ ਹੈ ਨਾ ਜਾਖੜ ਉਹਨਾਂ ਨੂੰ ਲੱਗਦਾ ਸੀ 8 ਤੋਂ 18 ਲੇਕਿਨ ਉਹਦੇ ਪਰਦੇ ਦੇ ਪਿੱਛੇ ਦੀਆਂ ਜਿਹੜੀਆਂ ਕਹਾਣੀਆਂ ਕਿ 8 ਤੋਂ 18 ਕਿਵੇਂ ਆਇਆ ਉਹ ਮੈਂ ਤੁਹਾਨੂੰ 2 ਦੱਸ ਦਿੱਤੇ ਮੁੱਖ ਕਾਰਨ ਪਹਿਲਾ ਕਾਰਨ ਸੀਗਾ ਹਿੰਦੂ ਵਰਗ ਦਾ ਜਿਹੜਾ ਪੋਲਰਾਈਜ਼ ਹੋਣਾ ਹਿੰਦੂ ਦੀ ਵੋਟ ਘੱਟ ਨਹੀਂ ਹੈ ਪੰਜਾਬ 'ਚ ਇਕੱਲੀ ਜੇ ਤੁਸੀਂ ਇੱਧਰ ਦੇਖ ਲਓ ਨਾ ਸ਼੍ਰੀ ਅਨੰਦਪੁਰ ਸਾਹਿਬ ਵਗੈਰਾ ਦੀ ਬੈਲਟ ਦੇ ਵਿੱਚ ਇਹ ਟੋਟਲ ਹਿੰਦੂ ਬੈਲਟ ਹੀ ਇੱਥੇ 40-45% ਦੇ ਆਸ ਪਾਸ ਹੈ ਜੇ ਤੁਸੀਂ ਹੋਰ ਵੀ ਜਗ੍ਹਾ ਦੇਖ ਲਓ ਕਈ ਜਿਹੜੇ ਹੈ ਉਹ ਟੋਟਲ ਪਠਾਨਕੋਟ ਤੋਂ ਸ਼ੁਰੂ ਹੋ ਜਾਓ ਦਸੂਆ ਟਾਂਡਾ ਮਕੇਰੀਆ ਭੋਆ ਸੁਜਾਨਪੁਰ ਇਹ ਸਾਰੀ ਬੈਲਟ ਜਿਹੜੀ ਹੈ ਹਿੰਦੂਆਂ ਦੀ ਬੈਲਟ ਹੈ ਬਟਾਲਾ ਸਿਟੀ ਹੈ ਅੰਮ੍ਰਿਤਸਰ ਸਿਟੀ ਹੈ ਜਲੰਧਰ ਸਿਟੀ ਹੈ BJP ਦੇ ਗੜ੍ਹ ਨੇ ਫਿਰੋਜ਼ਪੁਰ ਹੈ BJP ਦਾ ਗੜ੍ਹ ਹੈਗਾ ਉਹ ਠੀਕ ਹੈ ਨਾ ਸੋ ਇਹ BJP ਆਲਰੇਡੀ ਜਦੋਂ ਸਾਰੀਆਂ ਸੀਟਾਂ 'ਤੇ ਲੜੇ ਇਹ
ਅਤੇ ਵੋਟ ਦਾ ਬੈਂਕ ਵਧਿਆ। ਹੁਣ ਬੀਜੇਪੀ ਹਾਈਕਮਾਨ ਨੂੰ ਤਾਂ ਦਿਖਦਾ ਪਿਆ ਬਈ ਇਹ ਜਿਹੜੀ 10% ਵੋਟ ਵਧੀ ਹੈ, ਇਕੱਲੇ ਜਾਖੜ ਕਰਕੇ ਨਹੀਂ ਵਧੀ, ਇਹਦੇ ਪਿੱਛੇ ਸ਼੍ਰੀ ਰਾਮ ਮੰਦਿਰ ਦਾ ਸ਼ਿਲਾਨਿਆਸ ਨਰਿੰਦਰ ਮੋਦੀ ਦੁਆਰਾ ਕੀਤਾ ਗਿਆ, ਉਹਨੂੰ ਪੂਰੀ ਜਿਹੜਾ ਵਾ ਚੈਨਲਸ ਵਿੱਚ ਚੰਗੀ ਤਰ੍ਹਾਂ ਪ੍ਰਸਾਰਣ ਕੀਤਾ, ਔਰ ਬੀਜੇਪੀ ਨੇ ਆਪਣਾ ਚੁਣਾਵ ਦੇ ਵਿੱਚ ਜਿਹੜੇ ਬੀਜੇਪੀ ਦੇ ਲੀਡਰਾਂ ਨੇ ਰਾਮ ਮੰਦਰ ਦੇ ਨਾਂ 'ਤੇ ਵੋਟ ਮੰਗਿਆ। ਦੂਜਾ ਜਿਹੜਾ ਕਾਰਨ ਇਹ ਸੀਗਾ ਕਿ ਇਕੱਲੇ ਲੜੇ ਸੀਗੇ, ਸੋ ਜਾਖੜ ਹੁਣ ਉਹਦਾ ਕ੍ਰੈਡਿਟ ਭਾਲਦੇ ਸੀ, ਲੇਕਿਨ ਕ੍ਰੈਡਿਟ ਉਹਨਾਂ ਨੇ ਸਿੱਧਾ ਰਵਨੀਤ ਸਿੰਘ ਬਿੱਟੂ ਨੂੰ ਦੇ ਦਿੱਤਾ। ਉਹ ਰਵਨੀਤ ਬਿੱਟੂ ਨੂੰ ਦੇਣ ਦੇ ਨਾਲ ਜਾਖੜ ਵੀ ਅਸਹਿਜ ਹੋ ਗਏ, ਈਵਨ ਇਹ ਨਹੀਂ ਕੈਪਟਨ ਅਮਰਿੰਦਰ ਸਿੰਘ ਵੀ ਅਸਹਿਜ ਹੈ, ਉਹਨਾਂ ਦੀ ਕੋਈ ਆਵਾਜ਼ ਥੋੜ੍ਹਾ ਨਿਕਲਦੀ ਪਈ ਹੈ, ਕੈਪਟਨ ਅਮਰਿੰਦਰ ਸਿੰਘ ਤਾਂ ਬੋਲਦੇ ਹੀ ਨਹੀਂ ਪਏ ਬਿਲਕੁਲ। ਮੈਂ ਇੱਥੇ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਰਵਨੀਤ ਬਿੱਟੂ ਅਤੇ ਸੁਨੀਲ ਜਾਖੜ, ਖਾਸ ਕਰਕੇ ਬਿੱਟੂ ਦੇ ਅਨੁਸਾਰ ਕੀ ਇਹਨਾਂ ਦਾ ਰਿਸ਼ਤਾ ਕਿਵੇਂ? ਇਹ ਨਹੀਂ ਹੈਗੇ, ਤੁਸੀਂ ਹਰਜੀਤ ਗਰੇਵਾਲ ਦੇਖੋ ਕਿੰਨਾ ਨਾਰਾਜ਼ ਹੈ, ਉਹ ਕਹਿੰਦਾ ਯਾਰ ਜਿਹੜੇ ਬੰਦੇ ਸਾਡੇ ਛਿੱਤਰ ਮਾਰਦੇ ਸੀ ਸਾਡੇ ਸਿਰ 'ਤੇ ਬਿਠਾਤਾ ਨਾ ਲੈ ਕੇ, ਹੁਣ ਦੇਖੋ ਕਿੱਦਾਂ ਤੁਸੀਂ ਕਰ ਲਓਗੇ ਯਾਰ, ਇੱਕ ਬੰਦੇ ਨੇ ਤੁਹਾਨੂੰ ਭੰਡਿਆ ਹੋਵੇ ਇੰਨਾ ਔਰ ਇੰਨੇ ਸਾਲ ਭੰਡਦੇ ਰਹੇ ਹੋਣ ਉਹ, ਅਤੇ ਤੁਸੀਂ ਲੈ ਕੇ ਉਹਨਾਂ ਨੂੰ ਸਿਰ 'ਤੇ ਬਿਠਾ ਦਿਓ। ਠੀਕ ਹੈ, ਪਿਆਰ ਹੈ, ਮੁਹੱਬਤ ਹੈ, ਯਾਰੀ ਹੈ, ਦੋਸਤੀ ਹੈ, ਨਿਭਾਉਣੀ ਚਾਹੀਦੀ ਹੈ, ਲੇਕਿਨ ਪਾਰਟੀ ਦੇ ਵਿੱਚ ਜਿਹੜੇ ਸਿੱਖ ਟਕਸਾਲੀ ਲੀਡਰ ਨੇ ਉਹਨਾਂ ਦਾ ਕੀ ਕਸੂਰ ਹੈ? ਮੈਨੂੰ ਦੱਸੋ ਕੀ ਕਸੂਰ ਹੈਗਾ, ਜੇ ਆਪਾਂ ਕਹੀਏ ਕਿ ਸੁਖਮਿੰਦਰ ਗਰੇਵਾਲ ਦਾ ਕੀ ਕਸੂਰ ਹੈਗਾ, ਦਿਆਲ ਸਿੰਘ ਸੋਢੀ ਦਾ ਕੀ ਕਸੂਰ ਹੈਗਾ, ਹਰਜੀਤ ਗਰੇਵਾਲ ਦਾ? ਇਹਨਾਂ ਦੇ ਕਸੂਰ ਇਹੀ ਹੈ ਕਿ ਇਹਨਾਂ ਨੇ ਬੀਜੇਪੀ ਦੀ ਜਿਹੜੀ ਹੈ ਨੀਂਹ ਆਪਣੇ ਹੱਥਾਂ ਨਾਲ ਰੱਖੀ ਹੈ। ਇਹ ਆਰ ਐੱਸ ਐੱਸ ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਹੁਕਮਨਾਮਾ ਹੈ ਕਿ ਆਰ ਐੱਸ ਐੱਸ ਨਾਲ ਰੋਟੀ ਬੇਟੀ ਸਾਂਝੀ ਨਹੀਂ ਕਰਨੀ। ਇਹ ਫਿਰ ਵੀ ਇਹਨਾਂ ਨੇ ਆਪਣਾ ਇਹ ਨਹੀਂ ਦੇਖਿਆ ਵੀ ਸਾਡਾ ਭਵਿੱਖ ਦਾਤ ਹੈ, ਸਾਨੂੰ ਕੌਮ ਬਾਈਕਾਟ ਕਰ ਸਕਦੀ ਹੈ, ਇਹਨਾਂ ਨੇ ਆਪਣਾ ਜੀਵਨ ਕੁਰਬਾਨ ਕੀਤਾ। ਹੋਰ ਬਥੇਰੇ ਸਿੱਖ ਲੀਡਰ ਨੇ, ਹੋਰ ਚਲੋ ਪਾਰਟੀਆਂ 'ਚੋਂ ਮੰਨ ਲਓ, ਹੁਣ ਕਾਂਗਰਸ ਛੱਡ ਕੇ ਆਏ ਕੇਵਲ ਸਿੰਘ ਢਿੱਲੋਂ ਆਏ ਆ, ਰਾਣਾ ਗੁਰਮੀਤ ਸਿੰਘ ਸੋਢੀ ਆਏ, ਕਿੰਨੀਆਂ ਕੁ ਵੋਟਾਂ 'ਤੇ ਹਾਰੇ ਰਾਣਾ ਗੁਰਮੀਤ ਸਿੰਘ ਸੋਢੀ? ਫਿਰ ਚਲੋ ਮੈਂ ਇਹ ਕਹਿੰਦਾ ਯਾਰ ਠੀਕ ਹੈ, ਤੁਸੀਂ ਜਾਖੜ, ਸੁਨੀਲ ਜਾਖੜ ਨੇ ਪੰਜਾਬ ਦੇ ਪ੍ਰਧਾਨ ਰਹੇ ਨੇ, ਤੁਸੀਂ ਉਹਨਾਂ ਦਾ ਤਾਂ ਬਿੱਟੂ ਦੇ ਕੱਦ ਦਾ ਫਰਕ ਹੈ ਯਾਰ, ਉਹਨਾਂ ਦਾ ਤਾਂ ਜਿਹੜਾ ਸੁਨੀਲ ਜਾਖੜ ਅਤੇ ਰਵਨੀਤ ਬਿੱਟੂ ਦੇ ਕੱਦ ਦਾ ਫਰਕ ਆ, ਫਿਰ ਤੁਸੀਂ ਦੇਖੋ ਕੈਪਟਨ ਅਮਰਿੰਦਰ ਸਿੰਘ ਅਤੇ ਰਵਨੀਤ ਬਿੱਟੂ ਦਾ ਫਰਕ ਹੈ, ਉਹਨਾਂ ਦੀ ਵਾਈਫ ਪ੍ਰਨੀਤ ਕੌਰ ਦਾ ਅਤੇ ਰਵਨੀਤ ਬਿੱਟੂ ਦਾ ਫਰਕ ਹੈ। ਸੋ ਇਹ ਕਿਤੇ ਨਾ ਕਿਤੇ ਪਾਰਟੀ ਲੀਡਰਸ਼ਿਪ ਦੇ ਅੰਦਰ ਇਸ ਚੀਜ਼ ਦਾ ਰੋਸ਼ ਵੀ ਪੈਦਾ ਹੈਗਾ ਬਈ, ਇਹ ਓਪਨ ਆਉਣੀਆਂ ਵੀ ਸ਼ੁਰੂ ਹੋ ਗਈਆਂ ਗੱਲਾਂ। ਰਵਨੀਤ ਬਿੱਟੂ ਦਾ ਕੈਬਨਿਟ 'ਚ ਜਾਣਾ ਕਾਰਨ ਬਣਿਆ ਕੋਈ ਇੱਦਾਂ ਦਾ? ਦੇਖੋ ਉਸ ਤੋਂ ਬਾਅਦ ਜਦੋਂ ਰਵਨੀਤ ਬਿੱਟੂ ਕੈਬਨਿਟ 'ਚ ਚਲੇ ਗਏ, 10 ਜੁਲਾਈ ਤੋਂ ਬਾਅਦ ਸੁਨੀਲ ਜਾਖੜ ਹੋਰਾਂ ਨੇ ਕੋਈ ਮੀਟਿੰਗ ਅਟੈਂਡ ਨਹੀਂ ਕੀਤੀ, ਅਤੇ ਹੋਰ ਉਹਨਾਂ ਨੂੰ ਦੱਸੋ ਸੁਨੀਲ ਜਾਖੜ ਨੂੰ ਕਾਹਦਾ ਦਰਦ ਹੈ? ਦਰਦ ਇਕੱਲਾ ਸੁਨੀਲ ਜਾਖੜ ਦਾ ਚਲੋ ਨਹੀਂ ਬੋਲੇ, ਲੇਕਿਨ ਲੀਡਰਸ਼ਿਪ ਤਾਂ ਬੋਲਦੀ ਪਈ ਨਾ, ਥੱਲੇ ਵਾਲੀ ਲੀਡਰਸ਼ਿਪ ਬੋਲਦੀ ਪਈ ਹੈ। ਠੀਕ ਹੈ, ਰਵਨੀਤ ਬਿੱਟੂ ਨੂੰ ਲਓ, ਤੁਸੀਂ ਰਵਨੀਤ ਬਿੱਟੂ ਨੂੰ ਕਿਤੇ ਵੀ ਲਗਾਓ, ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈ, ਲੇਕਿਨ ਇੱਕ ਸਨਿਓਰਟੀ ਦੇਖਣੀ ਚਾਹੀਦੀ ਹੈ, ਇੱਕ ਇਹ ਦੇਖਣਾ ਚਾਹੀਦਾ ਕਿਸਾਨੀ ਅੰਦੋਲਨ ਦੇ ਵਿੱਚ ਜਿਹਨਾਂ ਨੇ ਪਾਰਟੀ ਦਾ ਹੁੰਮ ਹੁਮਾ ਕੇ ਸਾਥ ਦਿੱਤਾ, ਜਿਨ੍ਹਾਂ ਨੇ ਆਪਣੀਆਂ ਘਰ ਬਾਰ ਨਹੀਂ ਦੇਖੇ, ਆਪਣੇ ਪਰਿਵਾਰ ਨਹੀਂ ਦੇਖੇ, ਉਹ ਖੜ੍ਹੇ ਰਹੇ ਨੇ, ਅੱਜ ਉਹ ਕਿੱਥੇ ਕਿਨਾਰੇ ਬੈਠੇ ਨੇ। ਸੋ ਇਹ ਇਕੱਲੇ ਬੀਜੇਪੀ ਦੇ ਵਿੱਚ ਦੇਖੋ ਕੁਛ ਟਾਈਮ ਤੋਂ ਕੀ ਹੋ ਰਿਹਾ, ਕਾਂਗਰਸ ਤੋਂ ਇੰਪੋਰਟ ਜਿਹੜੇ ਆ ਲੀਡਰ ਹੋ ਰਹੇ ਆ, ਔਰ ਉਹ ਇੰਪੋਰਟ ਹੋਣ ਦੇ ਨਾਲ ਜਿਹੜੇ ਇਹਨਾਂ ਦੇ ਟਕਸਾਲੀ ਲੀਡਰ ਨੇ ਉਹ ਬਿਲਕੁਲ ਘਰਾਂ 'ਚ ਨੇ, ਬੰਦ ਹੋ ਚੱਲੇ, ਇੱਕ ਕਿਸਮ ਦੇ ਬੰਦ ਤਰੀਕੇ ਨਾਲ ਹੀ ਬੈਠੇ ਹੋਏ ਨੇ। ਜੇ ਤੁਸੀਂ ਅੱਜ ਦੇਖੋ, ਮੈਨੂੰ ਹੁਣ ਵਿਜੇ ਸਾਂਪਲਾ ਨਜ਼ਰ ਨਹੀਂ ਆਉਂਦੇ, ਠੀਕ ਹੈ ਨਾ, ਮੈਨੂੰ ਸੋਮ ਪ੍ਰਕਾਸ਼ ਵੀ ਘੱਟ ਨਜ਼ਰ ਆਉਂਦੇ। ਹੁਣ ਸੋਮ ਪ੍ਰਕਾਸ਼ ਬੋਲੇ ਨਾ ਕੰਗਣਾ ਦੇ ਖਿਲਾਫ, ਕਿਉਂ ਬੋਲੇ ਨੇ? ਕੇਂਦਰੀ ਮੰਤਰੀ ਰਹੇ ਨੇ, ਕਿਉਂ ਬੋਲੇ ਨੇ? ਉਹਨਾਂ ਨੂੰ ਪਤਾ ਯਾਰ ਸਾਡਾ ਹੱਕ ਬਣਦਾ ਵਾ, ਇਹ ਲਿਆ ਕੇ ਇਹਨਾਂ ਨੇ ਉੱਤੇ ਸਿਰ 'ਤੇ ਬਿਠਾ ਦਿੱਤਾ। ਇਹ ਐਵੇਂ ਨਹੀਂ ਬੋਲੇ ਜਾਂਦੇ ਹੁੰਦੇ, ਇੱਦਾਂ ਦੇ ਬਿਆਨ ਆਉਂਦੇ, ਇੱਕ ਸੋਚੀ ਸਮਝੀ ਰਣਨੀਤੀ ਹੁੰਦੀ ਆ। ਫਿਰ ਤੁਸੀਂ ਦੇਖੋ ਵਿਜੇ ਸਾਂਪਲਾ ਨਹੀਂ ਨਜ਼ਰ ਆਉਂਦੇ, ਉਹ ਤਾਂ ਬਿਲਕੁਲ ਹੀ ਦੂਰ ਬੈਠੇ ਹੋਏ ਨੇ, ਬਹੁਤ ਘੱਟ ਨਜ਼ਰ ਆ ਰਹੇ ਨੇ।
ਇਹ ਨਹੀਂ ਨਜ਼ਰ ਆਉਂਦੇ। ਅਵਿਨਾਸ਼ ਰਾਏ ਖੰਨਾ ਪੰਜਾਬ ਤੋਂ ਮੈਂਬਰ ਪਾਰਲੀਮੈਂਟ ਰਹੇ ਨੇ, ਉਹ ਨਜ਼ਰ ਨਹੀਂ ਆਉਂਦੇ। ਸੋ ਕਿਤੇ ਨਾ ਕਿਤੇ ਆਪਾਂ ਲੀਡਰਸ਼ਿਪ ਨੂੰ ਸਾਰੀ ਨੂੰ ਇੱਕ ਨੂੰ ਇੱਕ ਰੱਸੀ ਨਾਲ ਨਹੀਂ ਨਾ ਬੰਨਿਆ ਜਾ ਸਕਦਾ। ਅਵਿਨਾਸ਼ ਰਾਏ ਖੰਨਾ ਦਾ ਕੀ ਕਸੂਰ ਹੈ? ਚਲੋ ਮੈਂ ਤੁਹਾਡੇ ਕੋਲੋਂ ਪੁੱਛਦਾ, ਅਵਿਨਾਸ਼ ਰਾਏ ਖੰਨਾ ਦਾ ਕੀ ਕਸੂਰ ਹੈ? ਇਹ ਕਸੂਰ ਹੈ ਉਹਨਾਂ ਨੇ ਪੰਜਾਬ 'ਚ ਦੋ ਵਾਰ ਸਰਕਾਰ ਬਣਾਤੀ, ਭਾਰਤੀ ਜਨਤਾ ਪਾਰਟੀ, ਅਕਾਲੀ ਦਲ ਦੀ, ਕਾਂਗਰਸੀ ਲੀਡਰ ਜਿਹਨਾਂ ਨਾਲ 36 ਦਾ ਅੰਕੜਾ ਬੀਜੇਪੀ ਦੇ ਲੀਡਰਾਂ ਦਾ ਪੰਜਾਬ 'ਚ ਰਿਹਾ, ਉਹਨਾਂ ਨੂੰ ਜਦੋਂ ਸਿਰ 'ਤੇ ਬਿਠਾਉਂਦੇ ਹੋ, ਦਰਦ ਤਾਂ ਹੁੰਦਾ। ਤੁਸੀਂ ਵਰਕਰਾਂ ਨੂੰ ਕੀ ਕਹੋਗੇ? ਵਰਕਰ ਆਖਿਰਕਾਰ ਬੀਜੇਪੀ ਦੇ ਵਿੱਚ ਵੋਟ ਤਾਂ ਜਿਹੜੀ ਆ ਬੂਥ ਦੇ ਲੀਡਰਾਂ ਨੇ ਪਾਉਣੀ ਹੈ, ਬੂਥ ਦੇ ਜਿਹੜੇ ਪ੍ਰਧਾਨਾਂ ਨੇ ਉਹਨਾਂ ਨੇ, ਉੱਥੋਂ ਇਹਨਾਂ ਦੀ ਬੂਥ ਲੈਵਲ ਤੋਂ ਸ਼ੁਰੂ ਹੁੰਦੀ ਹੈ ਬੀਜੇਪੀ ਦੀ ਮੋਨੀਟਰਿੰਗ। ਇਹ ਸਟੇਟ ਪ੍ਰੈਜੀਡੈਂਟ ਤੱਕ ਜਾਂਦੀ ਹੈ, ਬੂਥ ਪ੍ਰਧਾਨ ਹੈ, ਵਾਰਡ ਪ੍ਰਧਾਨ ਹੈ, ਮੰਡਲ ਪ੍ਰਧਾਨ ਹੈ, ਜ਼ਿਲ੍ਹਾ ਪ੍ਰਧਾਨ ਹੈ, ਜ਼ਿਲ੍ਹੇ ਦਾ ਸੈਕਟਰੀ ਹੈ, ਮਹਾਂ ਮੰਤਰੀ ਹੈ, ਸੰਗਠਨ ਮਹਾਂ ਮੰਤਰੀ ਹੈ, ਫਿਰ ਪੰਜਾਬ ਦਾ ਪ੍ਰਧਾਨ ਹੈ। ਇੱਕ ਚੇਨ ਕੰਮ ਕਰਦੀ ਹੈ। ਅਤੇ ਤੁਸੀਂ ਜਦੋਂ ਥੱਲੇ ਜਾ ਕੇ ਵਰਕਰਾਂ ਨੂੰ ਕੀ ਕਹੋਗੇ? ਬਈ ਇਹ ਰਵਨੀਤ ਬਿੱਟੂ ਉਹਨੂੰ ਬਿਠਾ ਲਿਆ ਜਿਹਨੇ ਜਿਹੜਾ ਅੱਜ ਤੱਕ ਬੀਜੇਪੀ ਨੂੰ ਗਾਲਾਂ ਕੱਢਦਾ ਆਉਂਦਾ ਪਿਆ ਸੀ। ਇਹੀ ਜਾਖੜ ਹੋਰਾਂ ਨਾਲ ਹੋਇਆ ਜਦੋਂ ਜਾਖੜ ਨੂੰ ਸਟੇਟ ਪ੍ਰੈਜੀਡੈਂਟ ਲਾਇਆ। ਹੁਣ ਤੁਸੀਂ ਅਸ਼ਵਨੀ ਸ਼ਰਮਾ ਨੂੰ ਕਿਤੇ ਦੇਖਦੇ ਹੋ ਯਾਰ? ਉਹਦਾ ਕੀ ਕਸੂਰ ਹੈ ਅਸ਼ਵਨੀ ਸ਼ਰਮਾ ਦਾ? ਮੈਨੂੰ ਹਜੇ ਤੱਕ ਇਹੀ ਨਹੀਂ ਸਮਝ ਆਈ। ਉਹ ਘਰ 'ਚ ਬੰਦ ਬੈਠਾ, MLA ਜਿੱਤਿਆ, ਪਾਰਟੀ ਦਾ ਦੋ ਵਾਰ ਪ੍ਰਧਾਨ ਰਿਹਾ, ਪਾਰਟੀ ਨੂੰ ਸਰਕਾਰ ਬਣਾਉਣ 'ਚ ਉਹਦਾ ਯੋਗਦਾਨ ਰਿਹਾ ਪਿਛਲੀਆਂ ਦੇ ਵਿੱਚ, ਘਰਾਂ 'ਚ ਬੰਦ ਕੀਤੇ ਨੇ। ਮਾਸਟਰ ਮੋਹਨ ਲਾਲ ਨਜ਼ਰ ਨਹੀਂ ਆਉਂਦਾ, ਲਕਸ਼ਮੀ ਕਾਂਤਾ ਚਾਵਲਾ ਨਜ਼ਰ ਨਹੀਂ ਆਉਂਦੀ ਇਹਨਾਂ ਦਾ। ਇਹਨਾਂ ਨੇ ਤਾਂ ਭਾਰਤੀ ਜਨਤਾ ਪਾਰਟੀ ਜਨਸੰਘ ਤੋਂ ਇੱਕ ਇੱਕ ਕਿੱਟ ਲਾਈ ਹੈ। ਸੋ ਇਹ ਕਰੋ, ਠੀਕ ਹੈ ਤੁਸੀਂ ਲਿਆਓ, ਲੇਕਿਨ ਜਿਹੜਾ ਤੁਸੀਂ ਪਹਿਲਾਂ, ਜੇ ਇਹਦਾ ਨਹੀਂ ਹੈਗਾ ਕਿ ਅੱਜ ਤੁਸੀਂ ਲਿਆ ਕੇ ਰਾਣਾ ਸੋਢੀ ਨੂੰ ਟਿਕਟ ਸਿੱਧੀ ਫਿਰੋਜ਼ਪੁਰ ਤੋਂ ਦੇ ਦਿਓ, ਜਾਂ ਤੁਸੀਂ ਕੇਵਲ ਸਿੰਘ ਢਿੱਲੋਂ ਨੂੰ ਟਿਕਟ ਦੇ ਦਿਓ, ਯਾਰ ਤੁਸੀਂ ਪਹਿਲਾਂ ਇਹਨਾਂ ਨੂੰ ਇੱਕ ਵਾਰ ਥੱਲੇ ਲਗਾਓ, ਕੰਮ ਕਰਨ, ਪਾਰਟੀ ਲਈ ਖੜ੍ਹੇ ਕਰਨ, ਪਾਰਟੀ ਲਈ ਕੰਮ ਕਰਨ। ਜਿਨ੍ਹਾਂ ਨੇ 20-25 ਸਾਲਾਂ ਤੋਂ ਪਾਰਟੀ ਲਈ ਕੰਮ ਕੀਤਾ ਉਹ ਕੀ ਕਰਨਗੇ? ਸੋ ਜਾਖੜ ਦੀ ਜੋ ਮੈਨੂੰ ਲੱਗਦਾ ਜਾਖੜ ਸਾਹਿਬ ਦੀ ਉਹ ਨਾਰਾਜ਼ਗੀ ਹੈ, ਔਰ ਨਾਰਾਜ਼ਗੀ ਜੱਗ ਜ਼ਾਹਰ ਵੀ ਹੈਗੀ, ਇਹਦੇ 'ਚ ਕੋਈ ਸ਼ੱਕ ਨਹੀਂ। ਬਾਕੀ ਹਾਈਕਮਾਨ ਕਿੰਨਾ ਕੁ ਹੁਣ ਜਿਹੜਾ ਵਾ ਜਾਖੜ ਨੂੰ ਬੁਲਾਉਂਦੇ ਨੇ, ਨਿਬੇੜਦੇ ਨੇ, ਉਹ ਗੱਲਾਂ ਬਾਅਦ ਦੀਆਂ ਨੇ। ਲੇਕਿਨ ਅੱਜ ਜਿਹੜੀ ਚਰਚਾ ਚੱਲ ਰਹੀ ਹੈ ਕਿ ਜਾਖੜ ਹੋਰਾਂ ਨੇ ਅਸਤੀਫਾ ਦੇ ਦਿੱਤਾ, ਪਾਰਟੀ ਦੇ ਜਨਰਲ ਸਕੱਤਰ ਕਹਿੰਦੇ ਆ ਬਈ ਅਸਤੀਫਾ ਨਹੀਂ ਦਿੱਤਾ, ਕੋਰੀ, ਲੇਕਿਨ ਜਾਖੜ ਹੋਰਾਂ ਦਾ ਹਜੇ ਤੱਕ ਬਿਆਨ ਨਹੀਂ ਆਇਆ। ਮੇਰੇ ਕੋਲ ਇੱਕ ਭਵਿੱਖ ਦੇ ਮੱਦੇਨਜ਼ਰ ਇੱਕ ਸਵਾਲ ਹੈ, ਮੈਂ ਚਾਹੁੰਦਾ ਮੈਂ ਤੁਹਾਨੂੰ ਪੁੱਛਾਂ ਔਰ ਤੁਸੀਂ ਕਰੈਕਟ ਕਰਿਓ ਮੇਰੀ ਇਨਫੋਰਮੇਸ਼ਨ ਨੂੰ ਜੇ ਉਹ ਗਲਤ ਆ। ਇੱਕ ਪਾਸੇ ਚਰਚਾ ਉਦੋਂ ਚੱਲੀ ਸੀ ਜਦੋਂ ਕਾਂਗਰਸ ਦੀ ਪ੍ਰਧਾਨਗੀ ਨੂੰ ਲੈ ਕੇ ਮਸਲਾ ਬਣਿਆ ਸੀ ਪੰਜਾਬ ਦੇ ਵਿੱਚ ਕਿ ਅਗਲਾ ਪ੍ਰਧਾਨ ਕੌਣ ਹੋਵੇਗਾ, ਉਦੋਂ ਸੁਨੀਲ ਜਾਖੜ ਦਾ ਨਾਮ ਅਚਾਨਕ ਵਿੱਚ ਆ ਗਿਆ ਸੀਗਾ। ਹੁਣ ਇਹ ਨਾਮ ਉਸ ਵੇਲੇ, ਇਹ ਅਸਤੀਫੇ ਦੀ ਖਬਰ ਉਸ ਵੇਲੇ ਆਈ ਹੈ ਜਦੋਂ ਆਮ ਆਦਮੀ ਪਾਰਟੀ 'ਚ ਚਰਚਾ ਚੱਲਦੀ ਪਈ ਕਿ ਇੱਕ ਹਿੰਦੂ ਡਿਪਟੀ CM ਵੀ ਚਾਹੀਦਾ। ਕੀ ਐਂ ਹੋ ਸਕਦਾ ਕਿ ਸੁਨੀਲ ਜਾਖੜ ਨੂੰ ਡਿਪਟੀ CM ਦੀ ਕੁਰਸੀ ਵੀ ਪਸੰਦ ਆ ਗਈ ਹੋਵੇ? ਨਹੀਂ ਨਹੀਂ, ਦੇਖੋ ਪਤਾ ਕੀ ਆ, ਵੈਸੇ ਤਾਂ ਯਾਰ ਪੰਜਾਬ ਦੇ ਵਿੱਚ ਪੋਲੀਟੀਸ਼ਨਾਂ ਬਾਰੇ ਕੁਛ ਵੀ ਕਹਿਣਾ ਮੈਨੂੰ ਹੁਣ ਅਜੀਬ ਜਿਹਾ ਲੱਗਦਾ। ਇਹ ਪਤਾ ਕੁਛ ਨਹੀਂ ਆਪਣੀ ਯਾਰ, ਸਾਡਾ ਐਨਾਲਿਸਿਸ ਵੀ ਕਈ ਵਾਰੀ ਇਹ ਵੱਢ ਟੁੱਕ ਕਰਕੇ ਨਿਕਲ ਜਾਂਦੇ ਆ, ਪਤਾ ਹੀ ਨਹੀਂ ਲੱਗਦਾ ਯਾਰ। ਆਮ ਆਦਮੀ ਵਾਲਿਆਂ ਨੇ ਦਰਵਾਜ਼ਾ ਖੜਕਾ ਦੇ, ਉਹ ਕੁਛ ਨਹੀਂ ਕਿਹਾ ਜਾ ਸਕਦਾ ਯਾਰ, ਹਜੇ ਕੁਛ ਨਹੀਂ ਕਿਹਾ ਜਾ ਸਕਦਾ। ਕਿਉਂਕਿ ਦੇਖੋ ਇੱਕ ਗੱਲ ਤਾਂ ਹੈ ਕਿ ਭਗਵੰਤ ਮਾਨ ਹੋਰੀ ਜਾਖੜ ਦੇ ਖਿਲਾਫ਼ ਨਹੀਂ ਬੋਲਦੇ, ਅਤੇ ਜਾਖੜ ਵੀ ਇਸ ਸਰਕਾਰ ਦੇ ਖਿਲਾਫ਼ ਘੱਟ ਬੋਲਦਾ। ਮੈਂ ਜ਼ਿਆਦਾ ਅਗਰੈਸਿਵ ਨਹੀਂ ਦੇਖਿਆ, ਜਿਵੇਂ ਮਜੀਠੀਆ ਹੋਰੀ ਬੋਲਦੇ ਨੇ ਨਾ, ਜਾਖੜ ਨਹੀਂ ਸਟੇਟਮੈਂਟ ਦਿੰਦੇ। ਮਜੀਠੀਆ ਹੋਰਾਂ ਨੇ ਤਾਂ ਕੱਲ੍ਹ ਵੀ ਬੜੀਆਂ ਠੋਕ ਠੋਕ ਸਟੇਟਮੈਂਟ ਦਿੱਤੀਆਂ ਹੋਈਆਂ, ਟਵਿੱਟਰ 'ਤੇ ਟਵੀਟ ਕੀਤੇ ਹੋਏ ਨੇ, ਪਰ ਜਾਖੜ ਹੋਰੀ ਨਹੀਂ ਬੋਲਦੇ। ਸੋ ਕਿਤੇ ਨਾ ਕਿਤੇ ਦੋਨਾਂ ਦੇ ਵਿੱਚ ਨਰਮੀ ਹੈ, ਲੇਕਿਨ ਭਵਿੱਖ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ ਯਾਰ। ਮੈਨੂੰ ਇਹੀ ਨਹੀਂ ਸਮਝ ਆਉਂਦੀ ਬਈ ਹੁੰਦਾ ਕੀ। ਆਪਾਂ ਸੋਚਦੇ ਕੁਛ ਹਾਂ ਬਈ ਇਹ ਪਾਰਟੀ ਦਾ ਹੀ, ਇਹਨਾਂ ਨੇ ਖੂਨ ਗਵਾਇਆ ਹੋਇਆ, ਇਹਨਾਂ ਨੇ ਆਹ ਕੀਤਾ ਹੋਇਆ, ਉਹ ਅਚਾਨਕ ਹੀ ਦੂਜੇ ਪਾਸੇ ਚਲੇ ਜਾਣ, ਬੰਦੇ ਦੀ ਸੋਚ ਹੀ ਖਤਮ ਹੋ ਜਾਂਦੀ ਨਾ। ਹੁਣ ਮੈਂ ਤਾਂ ਕਈ ਵਾਰੀ ਅਜੀਬ ਸੋਚਦਾ ਯਾਰ, ਦੇਖੋ ਪੰਜਾਬ ਦੀ ਰਾਜਨੀਤੀ ਦੇ ਵਿੱਚ ਨਾ ਦੋ ਦਲਿਤ ਪਰਿਵਾਰਾਂ ਦਾ ਬੜਾ ਦਬਦਬਾ ਰਿਹਾ, ਕਾਂਗਰਸ ਦੀਆਂ ਸਰਕਾਰਾਂ ਰਹੀਆਂ ਨਾ। ਇੱਕ ਮਾਸਟਰ ਗੁਰਬੰਤਾ ਸਿੰਘ ਦਾ ਪਰਿਵਾਰ, ਇੱਕ ਚੌਧਰੀ
ਜਿਹੜੇ ਆ ਦਰਸ਼ਨ ਸਿੰਘ ਕੇਪੀ ਹੋਰਾਂ ਦਾ ਪਰਿਵਾਰ। ਮਾਸਟਰ ਗੁਰਬੰਤਾ ਸਿੰਘ ਦੇ ਪਰਿਵਾਰ 'ਚੋਂ ਚੌਧਰੀ ਜਗਜੀਤ ਅਤੇ ਚੌਧਰੀ ਸੰਤੋਖ ਸਿੰਘ ਹੋਰੀ ਪੈਦਾ ਹੋਏ। ਦੋਨੋਂ ਪੋਲੀਟੀਸ਼ੀਅਨ ਬਣੇ। ਚੌਧਰੀ ਜਗਜੀਤ 4-5 ਵਾਰ ਜਿੱਤੇ, ਮੁੰਡਾ ਵੀ ਜਿੱਤੇ ਅੱਗੋਂ ਕਾਂਗਰਸ ਦੀ ਟਿਕਟ 'ਤੇ, ਅਤੇ ਚੌਧਰੀ ਸੰਤੋਖ ਹੋਰੀ ਆਪ ਵੀ ਮੈਂਬਰ ਪਾਰਲੀਮੈਂਟ 2 ਵਾਰ, 3ਵੀਂ ਵਾਰ ਮਤਲਬ ਜਿਹੜਾ ਹੁਣ 2 ਵਾਰ ਜਿੱਤੇ, ਮੁੰਡਾ ਵੀ MLA ਬਣਿਆ, ਮੰਤਰੀ ਵੀ ਰਹੇ ਪੰਜਾਬ ਦੇ। ਉਹਨਾਂ ਦੇ ਸਵਰਗਵਾਸ ਤੋਂ ਬਾਅਦ ਉਹਨਾਂ ਦੀ ਵਾਈਫ ਨੇ ਟਿਕਟ ਲੜੀ ਅਕਾਲ ਕਾਂਗਰਸ ਤੋਂ, ਹੁਣ BJP ਚਲੀ ਗਏ। ਸੋਚ ਸਕਦਾ ਵੀ ਮੁੰਡਾ ਕਾਂਗਰਸ ਅਤੇ ਮਾਂ BJP 'ਚ, ਇਹ ਹੋ ਸਕਦਾ? ਮੁੰਡਾ ਕਾਂਗਰਸ ਅਤੇ ਮਾਂ BJP 'ਚ। ਫਤਿਹ ਜੰਗ ਬਾਜਵਾ ਕਾਂਗਰਸ 'ਚ ਰਹੇ ਪ੍ਰਤਾਪ ਬਾਜਵੇ ਨਾਲ। ਪ੍ਰਤਾਪ ਬਾਜਵਾ ਪੰਜਾਬ ਵਿਧਾਨ ਸਭਾ 'ਚ ਵਿਪੱਖ ਦੇ ਨੇਤਾ ਅਤੇ ਭਰਾ ਉਹਨਾਂ ਦਾ BJP ਦਾ ਲੀਡਰ ਫਤਿਹ ਜੰਗ ਬਾਜਵਾ। ਸੋਚ ਕਿ ਕੱਟ ਕੋ ਨਾ। ਫਿਰ ਆ ਜਿਹੜੇ ਆਪਣੇ KP ਸਾਹਿਬ ਨੇ, ਫਾਦਰ ਇਹਨਾਂ ਦੇ ਰਹੇ, ਕਾਂਗਰਸ ਦੇ ਵਿੱਚ ਮੰਤਰੀ ਰਹੇ, ਉਹਨਾਂ ਦੀ ਅੱਤਵਾਦੀਆਂ ਨੇ ਉਹਨਾਂ ਨੂੰ ਮਾਰ ਦਿੱਤਾ ਇੱਥੇ ਮਿੱਠਾਪੁਰ ਦੇ ਲਾਗੇ। ਪੰਜਾਬ ਦੇ ਮੰਤਰੀ ਬਣੇ, ਪੰਜਾਬ ਦੇ ਪ੍ਰਧਾਨ ਬਣੇ, ਕਾਂਗਰਸ ਨੇ ਲੋਕ ਸਭਾ ਸਾਂਸਦ ਬਣਾਇਆ, ਹਿੰਦੁਸਤਾਨ ਦੀ ਕਾਂਗਰਸ ਦੀ ਵਰਕਿੰਗ ਕਮੇਟੀ ਦੇ ਪ੍ਰੈਜੀਡੈਂਟ, ਅਕਾਲੀ ਦਲ ਦੇ ਟਿਕਟ ਚਲੇ ਗਏ। ਮਤਲਬ ਇਟਸ ਏ, ਹੁਣ ਤਾਂ ਪੰਜਾਬ ਦੀ ਰਾਜਨੀਤੀ ਬਾਰੇ ਐਡਾ ਭੰਬਲ ਭੂਸਾ, ਸਵੇਰੇ ਉੱਠੋ ਅਤੇ ਮੈਸੇਜ ਹੀ ਆਉਂਦਾ ਵਟਸਐਪ 'ਤੇ ਵੀ ਪਾਰਟੀ ਛੱਡ ਗਏ ਨੇ। ਰਵਨੀਤ ਬਿੱਟੂ ਦੇਖੋ, ਫਾਦਰ ਭਰਾ ਹਜੇ ਜਿਹੜੇ ਨੇ ਆਪਣੇ, ਜਿਹੜੇ ਤੇਜ ਪ੍ਰਕਾਸ਼ ਹੋਰੀ ਇਹਨਾਂ ਦੇ ਮੰਤਰੀ ਰਹੇ, ਹਜੇ ਵੀ ਗੁਰਕਿਰਤ ਕੋਟਲੀ ਇਹਨਾਂ ਦੇ ਕਾਂਗਰਸ 'ਚ ਨੇ, ਦਾਦਾ ਜੀ ਪੰਜਾਬ ਦੇ CM ਰਹੇ, ਆਪ 3 ਵਾਰ ਮੈਂਬਰ ਪਾਰਲੀਮੈਂਟ ਕਾਂਗਰਸ ਹੋ ਲਏ, BJP ਚਲੇ ਗਏ। ਕੁਛ ਨਹੀਂ ਕਿਹਾ ਜਾ ਸਕਦਾ ਯਾਰ। ਰਾਣਾ ਸੋਢੀ ਹੋਰਾਂ ਨੇ 5 ਸਾਲ ਕਾਂਗਰਸ ਦੀ ਵਜ਼ਾਰਤ 'ਚ ਐਸ਼ ਕੀਤੀ, ਕੈਪਟਨ ਅਮਰਿੰਦਰ ਸਿੰਘ ਦੀ ਰਾਈਟ ਲੈਫਟ ਆਰਮ ਸੀਗੇ ਇਹ, ਜੋ ਕਹਿ ਦੇਣ ਉਹ ਡਨ, ਅਤੇ BJP ਦੀ ਟਿਕਟ 'ਤੇ ਫਿਰੋਜ਼ਪੁਰ ਤੋਂ ਲੜ ਲਏ। ਸੋ ਹੁਣ ਨਾ ਪੰਜਾਬ ਦੀ ਸਿਆਸਤ ਬੜਾ ਭੰਬਲ ਭੂਸੇ ਵਾਲੀ ਸਿਆਸਤ ਹੈ, ਇੱਥੇ ਕੁਛ ਨਹੀਂ ਪਤਾ ਲੱਗਦਾ। ਜਾਂ ਹੁਣ ਸੁਨੀਲ ਜਾਖੜ ਹੋ ਰਹੀ ਹੈ, ਅੱਜ ਵੀ ਇਹਨਾਂ ਦਾ ਭਤੀਜਾ ਕਾਂਗਰਸ ਦਾ ਸੰਦੀਪ ਜਾਖੜ MLA, ਰਿਜ਼ਾਈਨ ਨਹੀਂ ਕੀਤਾ ਪਾਰਟੀ ਤੋਂ ਹਜੇ, ਉਹਨੇ ਨਾ MLAship ਤੋਂ ਕੀਤਾ, ਅੱਜ ਵੀ ਉਹਨਾਂ ਦਾ ਭਤੀਜਾ ਕਾਂਗਰਸ ਦਾ MLA ਹੈ। BJP ਦੀਆਂ ਸਟੇਜਾਂ ਜ਼ਰੂਰ ਭਰਦੇ ਨੇ, ਚਲੋ ਭਰਦੇ ਨੇ ਨਾ। ਫਿਰ ਗੱਲ ਤਾਂ ਇਹ ਨਾ, ਹੁਣ ਇੱਕ ਜ਼ਮੀਰ ਹੈ, ਇੱਕ ਕੌਨਸ਼ੀਅਸ ਹੈ ਬਈ ਯਾਰ, ਜੇ ਮੈਂ ਪਾਰਟੀ ਛੱਡਤੀ, ਹੁਣ ਸ਼ੀਤਲ ਅੰਗਰਾਲ ਨੇ ਛੱਡੀ ਪਾਰਟੀ ਅਤੇ ਉਹਨੇ ਛੱਡ ਦਿੱਤੀ, ਉਹ ਕਹਿੰਦਾ ਆ ਲਓ ਜੀ ਵਿਧਾਨ ਸਭਾ ਤੋਂ ਵੀ ਅਸਤੀਫਾ, ਠੀਕ ਹੈ ਨਾ। ਸੁਖਪਾਲ ਖਹਿਰੇ ਉਹਨਾਂ ਨੇ ਆਮ ਆਦਮੀ ਪਾਰਟੀ ਛੱਡੀ, ਨਾਲ ਹੀ ਅਸਤੀਫਾ ਦੇ ਆਏ ਸੀਗੇ, ਸਪੀਕਰ ਸਾਹਿਬ ਨੂੰ ਫੜੋ ਜੀ ਅਸਤੀਫਾ। ਜ਼ਮੀਰ ਵੀ ਹੁੰਦਾ ਨਾ ਯਾਰ, ਕੌਨਸ਼ੀਅਸ ਵੀ ਹੁੰਦੀ ਹੈ ਨਾ। ਇਸ ਕਰਕੇ ਹੁਣ ਮੈਨੂੰ ਤਾਂ ਸਿਆਸਤਦਾਨਾਂ ਦਾ ਇੱਥੇ ਕੋਈ ਸਮਝ ਹੀ ਨਹੀਂ ਆਉਂਦਾ, ਸਵੇਰੇ ਕਿਤੇ ਹੁੰਦੇ ਨੇ, ਸ਼ਾਮੀ ਕਿਤੇ ਹੁੰਦੇ ਨੇ, ਔਰ ਪਤਾ ਹੀ ਨਹੀਂ ਲੱਗਦਾ। ਸਿਆਸਤ ਹੀ ਇੱਦਾਂ ਦੀ ਫਲੈਟ ਹੋ ਚੁੱਕੀ ਹੈ, ਪਤਾ ਹੀ ਨਹੀਂ ਲੱਗਦਾ। ਔਰ ਇੰਨਾ ਮਤਲਬ ਜ਼ਬਰਦਸਤ ਪੰਜਾਬ ਦੇ ਵਿੱਚ ਹੋ ਰਿਹਾ। ਰਾਜਕੁਮਾਰ ਚੱਬੇਵਾਲ ਦੇਖੋ, ਕਾਂਗਰਸ ਦੇ MLA, 3ਵੀਂ ਵਾਰ MLA, ਆਮ ਆਦਮੀ ਪਾਰਟੀ ਦੇ ਸਾਂਸਦ ਬਣ, ਸਿਟਿੰਗ MLA, ਸੋਚ ਸਕਦਾ ਯਾਰ ਕੋਈ? ਸੋ ਮੈਨੂੰ ਤਾਂ ਇਹ ਆਉਂਦਾ ਵੀ ਹੁਣ ਤਾਂ ਸਿਆਸਤਦਾਨਾਂ ਦਾ ਨਾ ਇੱਥੇ ਟੇਵਾ ਵੀ, ਜਿਹੜਾ ਜੇ ਕੋਈ ਪੰਡਿਤ ਵੀ ਪੜ੍ਹੇ ਨਾ, ਉਹਨੂੰ ਸਮਝ ਨਹੀਂ ਆਉਣੀ ਹੈ ਟੇਵੇ ਦੀ, ਬਈ ਉਹਦਾ ਉਹਨੇ ਹੀ ਪੰਡਿਤ ਦੀ ਭਵਿੱਖਬਾਣੀ ਗਲਤ ਹੋ ਜਾਣੀ ਹੈ, ਠੀਕ ਹੈ ਨਾ। ਸੋ ਇਸ ਕਰਕੇ ਕੁਛ ਨਹੀਂ ਕਿਹਾ ਜਾ ਸਕਦਾ। ਸੁਨੀਲ ਜਾਖੜ ਹੋ ਸਕਦਾ ਪੰਜਾਬ ਦੇ ਮੁੱਖ ਮੰਤਰੀ ਬਣ ਜਾਣ, ਆਮ ਆਦਮੀ ਪਾਰਟੀ ਤੋਂ ਕੁਛ ਨਹੀਂ ਕਿਹਾ ਜਾ ਸਕਦਾ। ਬਿਲਕੁਲ, ਆਪਣੇ ਆਪ 'ਚ ਬਹੁਤ ਵੱਡੀ ਸਟੇਟਮੈਂਟ ਹੈ, ਆਮ ਆਦਮੀ ਪਾਰਟੀ ਦੇ ਵੱਲੋਂ ਮੁੱਖ ਮੰਤਰੀ ਬਣ ਜਾਣ। ਖੈਰ, ਭਵਿੱਖ ਕੀ ਕਹਿੰਦਾ ਸੁਨੀਲ ਜਾਖੜ ਦਾ, ਜਾਂ ਤਾਂ ਸੁਨੀਲ ਜਾਖੜ ਜਾਣਦੇ ਨੇ ਜਾਂ ਫਿਰ ਰੱਬ ਜਾਣਦਾ। ਜੋ ਵੀ ਹੋਏਗਾ ਆਉਂਦੇ ਸਮੇਂ ਨੂੰ ਦੱਸਦੇ ਰਹਾਂਗੇ। ਬਣੇ ਰਹੋ ਵਨ ਇੰਡੀਆ ਪੰਜਾਬੀ 'ਤੇ।